ਛੱਤਵੀਂ ਕਹਾਣੀ ਰੂਪ ਬਦਲੀ ਜਾਣਾ। ਇੱਕ ਦਿਨ ਈਸਵੈ ਆਪਣੇ ਤਿੰਨਾਂ ਚੇਲਿਆਂ ਪਤਰਸ, ਯਾਕੂਬ ਕਨੇ ਯੋਹੰਨਾ ਜੋ ਆਪਣੇ ਸੋਗੀ ਲਈ ਆਇਆ। ਇਹ ਯੋਹੰਨਾ ਨਾਏ ਦਾ ਚੇਲਾ ਸਹੀ ਮਾਣੂ ਹੈ, ਜਿਨੇ ਈਸਵੈ ਜੋ ਬਤਿਸਮਾ ਦਿੱਤਾ ਥਾ। ਸਹਿ ਪ੍ਰਾਰਥਨਾ ਕਰਨੇ ਤਾਈਂ ਇੱਕ ਉੱਚੇ ਪਹਾੜੇ ਪਰ ਗਿਆ। ਜਲ ਉਹ ਈਸੂ ਪ੍ਰਾਰਥਨਾ ਕਰਦਾ ਥਾ ਤਾਂ ਤਿਸ ਦਾ ਚਿਹਰਾ ਸੂਰਜੇ ਸਾਈਏ ਉਜਿਆਲਾ ਹੋਈ ਗਿਆ। ਤਿਸਦੇ ਕੱਪੜੇ ਪ੍ਰਗੜੇ ਸਾਈਏ ਚਿੱਟੇ ਹੋਈ ਗਏ, ਜਿਵੇਂ ਧਰਤੀ ਉੱਪਰ ਕੋਈ ਕਰੀ ਸਕੇ ਤਿਸਤੇ ਵੀ ਵਧੀ ਕਰੀ ਚਿੱਟਾ। ਤਲੂ ਮੂਸਾ ਕਨੇ ਏਲੀਆਹ ਭਵਿਸ਼ਯ ਵਕਤਾ ਪ੍ਰਗਟ ਹੋਏ। ਇਹ ਮਾਣੂ ਇਸ ਧਰਤੀ ਉੱਪਰ ਇਸ ਵਕਤੇ ਤੇ ਸੈਂਕੜੋ ਸਾਲ ਪਹਿਲੇ ਥੇ। ਤਿਨਾ ਈਸਵੇ ਨੇ ਤਿਸ ਦੀ ਮੋਤੀ ਦੇ ਬਾਰੇ ਚ ਗੱਲ ਕੀਤੀ, ਕਜੋ ਕਿ ਸਹਿ ਜਲਦੀ ਯਰੂਸ਼ਲਮ ਵਿੱਚ ਮਰੀ ਜਾਂਗਾ। ਜਲੂ ਮੂਸਾ ਕਨੇ ਏਲੀਆਹ ਈਸਵੇ ਨੇ ਗੱਲਾਂ ਕਰਦੇ ਥੇ, ਤਲੂ ਪਤਰਸੇ ਨੇ ਗਲਾਇਆ, ਆਹਾਂ ਤਾਈਂ ਇੱਥੋਂ ਹੋਣਾ ਭਲਾ ਹੈ, ਆਹਾਂ ਤਿੰਨ ਮੰਡਪਾਂ ਜੋ ਬਣਾਨ, ਇੱਕ ਤੀਜੋ ਤਾਈਂ ਕਨੇ ਇੱਕ ਏਲੀਆਹ ਤਾਈਂ। ਅਪਰ ਪਤਰਸ ਨਹੀਂ ਜਾਣਦਾ ਥਾ ਕਿ ਸਹਿ ਕਿਆ ਕਰਦਾ ਥਾ। ਜਲੂ ਪਤਰਸ ਗੱਲ ਕਰਦਾ ਥਾ ਤਾਂ ਇੱਕ ਚਮਕਦਾਰ ਬੱਦਲ ਥੱਲੇ ਆਈ ਕਰੀ ਤਿਨਾਂ ਪਰ ਛਾਈ ਗਿਆ। ਫਿਰ ਤਿਨਾਂ ਬਦਲੇ ਦੇ ਇੱਕ ਆਵਾਜ਼ਾਂ ਜੋ ਆਉਂਦੇ ਸੁਣਿਆ, ਤਿੰਨੀ ਗਲਾਇਆ, ਇਹ ਮੇਰਾ ਪੁੱਤਰ ਹੈ ਜਿਸ ਨੇ ਮੈਂ ਪਿਆਰ ਕਰਦਾ ਹੈ, ਮੈਂ ਤਿਸ ਤੇ ਖੁਸ਼ ਹੈ। ਤਿਸ ਦੀ ਸੁਣਾ। ਸਹਿ ਤਿੰਨ ਚੇਲੇ ਡਰੀ ਗਏ ਕਨੇ ਜ਼ਮੀਨਾਂ ਪਰ ਸੋਈ ਗਏ। ਤਲੂ ਇਸਮੈਂ ਤਿਨਾਂ ਜੋ ਛੂਇਆ ਕਨੇ ਗਲਾਇਆ, ਡਰਾ ਮਤ, ਉੱਠੀ ਜਾ। ਜਲੂ ਤਿਨਾਂ ਚੋਨੀ ਪਾਸੇ ਦੇਖਿਆ ਤਾਂ ਜਿਹੜਾ ਵੀ ਉੱਥੋਂ ਥਾ ਸਹਿ ਸਿਰਫ ਈਸੂ ਥਾ। ਈਸੂ ਕਨੇ ਸਹਿ ਤਿੰਨੋ ਚੇਲੇ ਤਿਸ ਪਹਾੜੇ ਤੇ ਵਾਪਸ ਥੱਲੇ ਉਤਰੀ ਆਏ। ਤਲੂ ਇਸਮੈਂ ਗਲਾਇਆ, ਹੁਣ ਜਿਹੜਾ ਇੱਥੋਂ ਹੋਇਆ ਤੁਸੀਂ ਕੁਸੀ ਨੇ ਮਤ ਗਲਾਂਦੇ, ਮੈਂ ਜਲਦੀ ਹੀ ਮਰਨੇ ਵਾਲਾ ਕਨੇ ਫਿਰ ਜਿੰਦਾ ਹੋਈ ਜਾਂਗਾ। ਇਸ ਤੇ ਬਾਅਦ ਲੋਕਾਂ ਜੋ ਦੱਸੀ ਸਕਦੇ ਹਨ।